ਅਮਰਤਾ ਪ੍ਰੀਤਮ ਦਾ ਨੋਵਲ ਖਬਰਨਾਮਾ ਭਾਗ ਦੂਸਰਾ ਥੱਕੀਆਂ ਥੱਕੀਆਂ ਨਜ਼ਰਾਂ ਨਾਲ ਜ਼ਿੰਦਗੀ ਦੂਰ ਨੇੜੇ ਦੀਆਂ ਬਸਤੀਆਂ ਨੂੰ ਵੇਖਦੀ ਰਹੀ ਫਿਰ ਇੱਕ ਬਸਤੀ ਦੇ ਕੋਲੋਂ ਲੰਘਦਿਆਂ ਨੂੰ ਜਾਪਿਆ ਕਿ ਹੁਣੇ ਜੋ ਘਰਵੇੜੇ ਦਿਸ ਰਹੇ ਸਨ ਉਹ ਸਾਰੇ ਧੂਏਂ ਝੁਲੇਟੇ ਗਏ ਹਨ ਇੱਕ ਕੜਵਾਹਟ ਜਿਹੀ ਉਹਦੇ ਆਪਣੇ ਸਾਹਾਂ 'ਚ ਉਤਰ ਰਹੀ ਸੀ ਇਸ ਲਈ ਉਹਨੇ ਹਵਾ ਨੂੰ ਪੁੱਛਿਆ ਇਹ ਅਚਾਨਕ ਕੀ ਹੋਇਆ ਹੈ ਹਵਾ ਦੇ ਕਦਮ ਕੁਝ ਮੱਠੇ ਪੈ ਗਏ ਸਨ ਉਨੇ ਦੋ ਚਾਰ ਕਦਮ ਤੇਜ਼ੀ ਨਾਲ ਚੁੱਕੇ ਤੇ ਜ਼ਿੰਦਗੀ ਦੇ ਕਰੀਬ ਹੁੰਦੀ ਆ ਕਰਨ ਲੱਗੀ ਕੁਝ ਨਹੀਂ ਇੱਥੇ ਬਸਤੀ ਦੇ ਕੋਲ ਇੱਕ ਕਾਰਖਾਨਾ ਹੈ ਉਹੀ ਚਾਲੂ ਹੋਇਆ ਹੈ ਉਸੇ ਦਾ ਧੂਆਂ ਬਸਤੀ 'ਚ ਫੈਲ ਰਿਹਾ ਹੈ ਜ਼ਿੰਦਗੀ ਨੂੰ ਆਪਣੀ ਆਵਾਜ਼ ਸੰਗ ਝੜਦੀ ਜਾਪੀ ਕਹਿਣ ਲੱਗੀ ਇਹ ਧੂਆਂ ਤਾਂ ਚੰਗਾ ਨਹੀਂ ਇਸ ਰਾਹੋਂ ਲੰਘਣ ਵਾਲਾ ਤਾਂ ਕਿਸੇ ਤਰ੍ਹਾਂ ਲੰਘ ਜਾਏਗਾ ਪਰ ਜੋ ਲੋਕ ਇੱਥੇ ਰਹਿੰਦੇ ਨੇ ਉਹ ਰੋਜ਼ ਇਸ ਧੂਏਂ 'ਚ ਸਾਹ ਲੈਂਦੇ ਨੇ ਹਾਂ ਲੈਂਦੇ ਨੇ ਇਸੇ 'ਚ ਜੰਮਦੇ ਇਸੇ 'ਚ ਮਰਦੇ ਨੇ ਹਵਾ ਨੇ ਕਿਹਾ ਤਾਂ ਜ਼ਿੰਦਗੀ ਪੁੱਛਣ ਲੱਗੀ ਇਹ ਲੋਕ ਬਸਤੀ ਚੋਂ ਚਲੇ ਕਿਉਂ ਨਹੀਂ ਜਾਂਦੇ ਇੰਨੀ ਵੱਡੀ ਧਰਤੀ ਹੈ ਫਿਰ ਇੱਥੇ ਕਿਉਂ ਪਏ ਹੋਏ ਨੇ ਉਹ ਇਸ ਕਾਰਖਾਨੇ 'ਚ ਕੰਮ ਕਰਦੇ ਨੇ ਦੂਰ ਹੋਣਾ ਨਹੀਂ ਹੋ ਸਕਦਾ ਉਹਨਾਂ ਨੂੰ ਕੰਮ ਚਾਹੀਦਾ ਉਸੇ ਨਾਲ ਤਾਂ ਦੋ ਗਰਾਈਆਂ ਪੇਟ 'ਚ ਪਾਉਂਦੇ ਨੇ ਹਵਾ ਨੇ ਕਿਹਾ ਤੇ ਫਿਰ ਦੂਰ ਰੇਲ ਦੀ ਇੱਕ ਪਟੜੀ ਵੱਲ ਇਸ਼ਾਰਾ ਕਰਦੀ ਕਹਿਣ ਲੱਗੀ ਉੱਥੇ ਇੱਕ ਔਰਤ ਕੋਲੇ ਚੁਣਦੀ ਪਈ ਏ ਮੈਂ ਰੋਜ਼ ਉਹਨੂੰ ਇਸ ਪਟੜੀ ਤੇ ਵੇਖਦੀ ਆ ਚੱਲ ਉਹਦੇ ਕੋਲ ਉਹਨੂੰ ਮਿਲेंगी ਤਾਂ ਤੈਨੂੰ ਆਪੇ ਪਤਾ ਲੱਗ ਜਾਏਗਾ ਕਿ ਇਸ ਜ਼ਹਿਰੀਲੇ ਧੂਏ ਨੂੰ ਪੀਣ ਵਾਲੇ ਲੋਕ ਅਜਈਆਂ ਬਸਤੀਆਂ ਛੱਡ ਕੇ ਕਿਉਂ ਨਹੀਂ ਜਾਂਦੇ ਰੇਲਵੇ ਲਾਈਨ ਥੋੜੀ ਦੂਰ ਸੀ ਜਦੋਂ ਜ਼ਿੰਦਗੀ ਨੇ ਗੌਰ ਨਾਲ ਇੱਕ ਔਰਤ ਨੂੰ ਵੇਖਿਆ ਜੋ ਗੱਡੀਆਂ ਚੋਂ ਡਿੱਗਾ ਹੋਇਆ ਕੋਲਾ ਚੁੱਕ ਕੇ ਇੱਕ ਟੋਕਰੀ 'ਚ ਰਖਦੀ ਪਈ ਸੀ ਕੁਝ ਹੋਰ ਨੇੜੇ ਹੋਈ ਤਾਂ ਜ਼ਿੰਦਗੀ ਨੇ ਕਿਹਾ ਇਹ ਕਹਿਰੇ ਪਿੰਡੇ ਦੀ ਕਿੱਡੀ ਪਿਆਰੀ ਜੀ ਔਰਤ ਏ ਪਰ ਪਰ ਕੀ ਹਵਾ ਨੇ ਪੁੱਛਿਆ ਤਾ ਜ਼ਿੰਦਗੀ ਦੀ ਆਵਾਜ਼ 'ਚ ਉਦਾਸੀ ਉਤਰ ਗਈ ਕਹਿਣ ਲੱਗੀ ਉਹਦੀ ਮੈਲੀ ਤੋਤੀ ਪਾਟੀ ਚੋਲੀ ਦੂਰੋਂ ਪਈ ਦਿਸਦੀ ਏ ਇੱਕ ਮੁੱਤੀ ਮਿੱਟੀ 'ਚ ਡਿੱਗਾ ਹੋਇਆ ਲੱਗਦਾ ਉਹਨੇ ਵੇਖਿਆ ਕੋਲਵਾਰ ਵਿੱਚ ਛੋਟੀ ਜੀ ਬੱਚੀ ਮਿੱਟੀ 'ਚ ਲਿਬੜੀ ਹੋਈ ਗੋਡਿਆਂ ਪਰਨੇ ਰੜ ਦੀ ਮਾਂ ਦੇ ਕੋਲ ਆਉਣਾ ਚਾਹ ਰਹੀ ਸੀ ਤੇ ਇੰਨੇ 'ਚ ਵੇਖਿਆ ਬੱਚੀ ਵਿਲਕਣ ਲੱਗ ਪਈ ਸ਼ਾਇਦ ਕੋਈ ਕੰਕਰ ਸੰ ਜਿਨ੍ਹਾਂ ਨਾਲ ਉਹਦਾ ਗੋਡਾ ਛਿਲਿਆ ਗਿਆ ਸੀ ਉਨੇ ਵੇਖਿਆ ਮਾਂ ਨੇ ਬੱਚੀ ਨੂੰ ਚੁੱਕ ਕੇ ਆਪਣੀ ਧੋਤੀ ਨਾਲ ਉਹਦੇ ਗੋਡੇ ਨੂੰ ਪੂੰਝਿਆ ਤੇ ਗੋਡੇ ਤੇ ਜੋ ਛੀਰੀਟਾਂ ਜੀਆਂ ਆ ਗਈਆਂ ਸੀ ਉਤਲੇ ਨਾਲ ਮਲਣ ਲੱਗ ਪਈ। ਉਹ ਬੱਚੀ ਮਾਂ ਦੀ ਛਾਤੀ ਨਾਲ ਲਿਪਟੀ ਹੋਈ ਦੁੱਧ ਲੱਭਣ ਲੱਗੀ ਤਾਂ ਮਾਂ ਨੇ ਉਹਨੂੰ ਛਾਤੀ ਨਾਲੋਂ ਹਟਾ ਕੇ ਫਿਰ ਜ਼ਮੀਨ ਤੇ ਲਟਾ ਦਿੱਤਾ। ਬੱਚੀ ਫੇਰ ਰੋਣ ਲੱਗ ਪਈ ਪਰ ਮਾਂ ਚੁੱਪ ਚਾਪ ਕੋਇਲਾ ਚੋਣਨ ਲੱਗ ਪਈ। ਜ਼ਿੰਦਗੀ ਨੇ ਕੋਲ ਹੋ ਕੇ ਉਸ औरत ਨੂੰ ਵੇਖਿਆ ਕਿ ਆ ਇਹ ਕੰਮ ਤਾਂ ਹੁੰਦਾ ਰਹੇਗਾ ਤੇਰੀ ਬੱਚੀ ਰੋਂਦੀ ਪਈ ਏ। ਤੂੰ ਉਹਨੂੰ ਦੁੱਧ ਕਿਉਂ ਨਹੀਂ ਦਿੰਦੀ? ਉਸ ਔਰਤ ਨੇ ਇੱਕ ਨਜ਼ਰ ਜ਼ਿੰਦਗੀ ਵੱਲ ਦੇਖਿਆ ਪਰ ਜਵਾਬ ਨਹੀਂ ਦਿੱਤਾ। ਜ਼ਿੰਦਗੀ ਨੇ ਫੇਰ ਆਪਣੀ ਗੱਲ ਦੁਹرائی ਤਾਂ ਉਹ ਔਰਤ ਥੱਕੀ ਜਿਹੀ ਆਵਾਜ਼ ਕਹਿਣ ਲੱਗੀ। ਨਵੀਂ ਗੱਡੀ ਆਉਣ ਵਾਲੀ ਹੈ। ਅੱਜ ਬੜਾਈ ਥੋੜਾ ਜਿਹਾ ਕੋਲਾ ਚੁਣ ਸਕੀ ਆ। ਇਹਨੇ ਨਾਲ ਕੀ ਹੋਏਗਾ? 2 ਮਿੰਟ ਬੱਚੇ ਨੂੰ ਦੁੱਧ ਦੇ ਦੇ ਉਹ ਵਿਲਕਦੀ ਪਈਏ। ਜ਼ਿੰਦਗੀ ਨੇ ਫੇਰ ਆਖਿਆ ਤਾਂ ਉਸ ਔਰਤ ਨੇ ਜ਼ਰਾ ਕੱਸੀਆਂ ਜੀਆਂ ਨਜ਼ਰਾਂ ਨਾਲ ਜ਼ਿੰਦਗੀ ਵੱਲ ਵੇਖਿਆ ਕਹਿਣ ਲੱਗੀ। ਛਾਤੀ 'ਚ ਦੁੱਧ ਕੋਈ ਨਹੀਂ। ਦੂਰੋਂ ਦੀ ਇੱਕ ਗਰਜ ਦੀ ਜੀ ਆਵਾਜ਼ ਆਈ ਹਵਾ ਨੇ ਹੌਲੀ ਜਿਹੀ ਕਿਆ ਆਪਣੀ ਬੱਚੀ ਨੂੰ ਰੇਲਵੇ ਲਾਈਨ ਤੋਂ ਚੁੱਕ ਲੈ ਲੱਗਦਾ ਹੈ ਕੋਈ ਗੱਡੀ ਇਧਰੋਂ ਦੀ ਲੰਘਣ ਵਾਲੀ ਹੈ ਔਰਤ ਨੇ ਬੱਚੀ ਨੂੰ ਵੀ ਚੁੱਕਿਆ ਤੇ ਕੋਲੇ ਦੀ ਟੋਕਰੀ ਨੂੰ ਵੀ ਤੇ ਤਿੱਖੇ ਪੈਰਾਂ ਨਾਲ ਲਾਈਨ ਤੋਂ ਦੂਜੇ ਪਾਸੇ ਜਾਣ ਲੱਗੀ ਜ਼ਿੰਦਗੀ ਉਹਦੇ ਪਿੱਛੇ-ਪਿੱਛੇ ਤੁਰ ਪਈ ਤਾਂ ਇੱਕ ਥਾਂ ਰੁੱਕ ਕੇ ਉਹ ਔਰਤ ਕਹਿਣ ਲੱਗੀ ਤੂੰ ਕੌਣ ਹੈ ਜੋ ਮੇਰਾ ਪਿੱਛਾ ਕਰ ਰਹੀ ਹੈ ਜ਼ਿੰਦਗੀ ਨੇ ਬੜੀ ਕੋਲੀ ਜਿਹੀ ਆਵਾਜ਼ ਸਿਕਿਆ ਕਿ ਮੈਂ ਤੇਰੇ ਨਾਲ ਤੇਰੇ ਘਰ ਜਾ ਸਕਦੀ ਹਾਂ ਔਰਤ ਨੇ ਬੜੀ ਵੱਟੀ ਹੋਈ ਨਜ਼ਰ ਨਾਲ ਵੇਖਿਆ ਕਹਿਣ ਲੱਗੀ ਮੇਰੇ ਘਰ ਕਿਉਂ ਜ਼ਿੰਦਗੀ ਦੀ ਆਵਾਜ਼ ਫੰਗਰ ਆਈ ਪੁੱਛਣ ਲੱਗੀ ਘਰ 'ਚ ਤੇਰਾ ਪਤੀ ਹੋਏਗਾ ਬੱਚੇ ਹੋਣਗੇ ਮੈਂ ਦੋ ਘੜੀ ਉਹਨਾਂ ਨਾਲ ਗੱਲਾਂ ਕਰਾਂਗੀ ਤੇ ਦੋ ਘੜੀ ਤੇਰੇ ਕੋਲ ਬੈਠਾਂਗੀ ਔਰਤ ਦੇ ਚਿਹਰੇ ਦਾ ਰੰਗ ਪੀਲਾ ਜਿਹਾ ਹੋ ਗਿਆ ਕਹਿਣ ਲੱਗੀ ਘਰ ਦੇ ਨਾਂ ਤੇ ਇੱਕ ਛੋਟੀ ਜੀ ਕੋਠੜੀ ਏ ਤੇ ਪਤੀ ਦੇ ਨਾਂ ਤੇ ਇੱਕ ਬਿਮਾਰ ਆਦਮੀ ਪਤਾ ਨਹੀਂ ਕਿੰਨੇ ਦਿਨ ਜਿਉਂਦਾ ਰਹੇਗਾ ਕੀ ਹੋਇਆ ਉਹਨੂੰ ਜ਼ਿੰਦਗੀ ਨੇ ਪੁੱਛਿਆ ਤਾਂ ਔਰਤ ਕਹਿਣ ਲੱਗੀ ਇਹ ਸਭ ਤੂੰ ਕਿਉਂ ਪੁੱਛ ਰਹੀ ਹੈ ਉਹ ਚੰਗਾ ਭਲਾਸੀ ਕਾਰਖਾਨੇ 'ਚ ਕੰਮ ਕਰਦਾ ਸੀ ਉੱਥੇ ਛਾਂਟੀ ਹੋ ਗਈ ਤਾਂ ਬੇਕਾਰ ਹੋ ਕੇ ਮੰਜੀ ਤੇ ਪੈ ਗਿਆ ਪਰ ਤੂੰ ਕੌਣ ਹੈ ਮੇਰੇ ਪਿੱਛੇ ਪਿੱਛੇ ਨਾ ਜ਼ਿੰਦਗੀ ਨੇ ਟੁੱਟਦੀ ਜੀ ਆਵਾਜ਼ ਫੇਰ ਆਖਿਆ ਕੋਈ ਬੇਟਾ ਨਹੀਂ ਜੋ ਔਖੇ ਵੇਲੇ ਦਾ ਸਹਾਰਾ ਹੋਵੇ ਔਰਤ ਨੇ ਜਵਾਬ ਨਹੀਂ ਦਿੱਤਾ ਫਿਰ ਆਪਣੀ ਚੁੱਪਚ ਸ ਡੁੱਬਦੀ ਜੀ ਆਖਣ ਲੱਗੀ ਬੇਟਾ ਤਾਂ ਹੈ ਪਰ ਘਰ ਨਹੀਂ ਉਹ ਹੁੰਦਾ ਤਾਂ ਔਰਤ ਦੀ ਆਵਾਜ਼ ਕੁਝ ਭਾਰਾਈ ਸੀ ਜ਼ਿੰਦਗੀ ਨੇ ਉਹਦੇ ਕੋਲ ਹੋ ਕੇ ਉਹਦੇ ਪੱਲੇ ਨੂੰ ਛੋ ਕੇ ਪਿਆਰ ਨਾਲ ਪੁੱਛਿਆ ਉਹ ਕਿੱਥੇ ਵੇ ਪਤਾ ਨਹੀਂ ਕਿਸੇ ਜੇਲ੍ਹ ਦੀਆਂ ਸੇਖਾਂ ਪਿੱਛੇ ਪਿਆ ਹੋਏਗਾ ਔਰਤ ਦੀ ਆਵਾਜ਼ ਰੋਣ ਹੱਕੀ ਹੋ ਗਈ ਨਾਲ ਹੀ ਗੁੱਸੇ 'ਚ ਤਲਖ ਵੀ ਹੋਈ ਕਹਿਣ ਲੱਗੀ ਭੁੱਖਾ ਸੀ ਕਿਤੇ ਕਿਸੇ ਗੱਡੀ 'ਚੋਂ ਉਹਨੇ ਇੱਕ ਸੇ ਚੁਕ ਲਿਆ ਸੀ ਇਸੇ ਗੱਲ ਤੋਂ ਮਾਰ ਦੇ ਮਾਰ ਦੇ ਸਪਾਈ ਲੋਕਾਂ ਨੂੰ ਜੇਲ੍ਹ 'ਚ ਲੈ ਗਏ ਹੁਣ ਹੋਰ ਤੂੰ ਕੀ ਪੁੱਛਣਾ ਆਪਣੇ ਰਾਹੇ ਜਾ ਮੇਰੇ ਪਿੱਛੇ ਕਿਉਂ ਆਨੀ ਹੈ ਜ਼ਿੰਦਗੀ ਦੇ ਪੈਰ ਠੰਬਰ ਗਏ ਫਿਰ ਵੀ ਇੱਕ ਨਜ਼ਰ ਪਿਆਰ ਨਾਲ ਉਹਦੇ ਵੱਲ ਵੇਖਦੀ ਕਹਿਣ ਲੱਗੀ ਮੇਰਾ ਨਾਂ ਜ਼ਿੰਦਗੀ ਏ ਮੈਂ ਦੋ ਘੜੀ ਤੇਰੇ ਕੋਲ ਬਹਿਣਾ ਚਾਹੁੰਨੀ ਹਾਂ ਕਿਸ ਲਈ ਮੇਰੇ ਕੋਲ ਕੀ ਪਿਆ ਹੈ ਜੋ ਤੈਨੂੰ ਘਰ ਲੈ ਜਾਵਾਂ ਘਰ ਚ ਇੱਕ ਪਿਆਲਾ ਚਾਹ ਵੀ ਨਹੀਂ ਦੇ ਸਕਾਂਗੇ ਤੇ ਫਿਰ ਕੀ ਪਤਾ ਤੂੰ ਕੌਣ ਹੈ ਜ਼ਿੰਦਗੀ ਨੇ ਕੁਝ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਕਿਆ ਮੇਰਾ ਨਾਂ ਜ਼ਿੰਦਗੀ ਏ ਤੂੰ ਕਦੇ ਮੇਰਾ ਨਾਂ ਤੇ ਸੁਣਿਆ ਹੋਵੇਗਾ ਨਹੀਂ ਤਾਂ ਔਰਤ ਨੇ ਕਿਹਾ ਤਾ ਹਵਾ ਕੁਝ ਅੱਗੇ ਹੁੰਦੀ ਕਹਿਣ ਲੱਗੀ ਆਪਣੇ ਮਰਦ ਕੋਲੋਂ ਜਾਂ ਕਿਸੇ ਤੋਂ ਇਹ ਨਾਂ ਨਹੀਂ ਸੁਣਿਆ ਤੂੰ ਨਹੀਂ ਤਾਂ ਔਰਤ ਨੇ ਫੇਰ ਕਿਹਾ ਤਾਂ ਹਵਾ ਨੇ ਪੁੱਛਿਆ ਜਦੋਂ ਤੂੰ ਬੱਚੀ ਜੀ ਹੁੰਦੀ ਸੀ ਸਕੂਲ ਜਾਂਦੀ ਹੋਏਂਗੀ ਕਿਸੇ ਕਿਤਾਬ 'ਚ ਤਾਂ ਲਿਖਿਆ ਦੇਖਿਆ ਹੋਏਗਾ ਨਹੀਂ ਤਾਂ ਔਰਤ ਨੇ ਫੇਰ ਉਹੀ ਗੱਲ ਆਖੀ ਤਾਂ ਹਵਾ ਕੁਝ ਸੋਚ ਕੇ ਆਖਣ ਲੱਗੀ ਤੂੰ ਦਾਦੀ ਮਾਂ ਕੋਲੋਂ ਕਹਾਣੀਆਂ ਤਾਂ ਸੁਣਦੀ ਹੋਏਂਗੀ ਸਭ ਬੱਚੇ ਸੁਣਦੇ ਨੇ ਹਾਂ ਸੁਣਦੀ ਸੀ ਪਰ ਉਹ ਤਾਂ ਭੂਤਾਂ ਦੀਆਂ ਸਨ ਪ੍ਰੇਤਾਂ ਦੀਆਂ ਦੇਵਤਿਆਂ ਦੀਆਂ ਵੀ ਸਨ ਪਰੇ ਨਾ ਤਾਂ ਮੈਂ ਕਦੇ ਨਹੀਂ ਸੁਣਿਆ ਜ਼ਿੰਦਗੀ ਨੇ ਇੱਕ ਡੂੰਗਾ ਸਾਹ ਭਰਿਆ ਤੇ ਪੱਲੇ ਨਾਲੋਂ ਕਿਸੇ ਚੀਜ਼ ਨੂੰ ਖੋਲ ਕੇ ਕਹਿਣ ਲੱਗੀ ਅੱਛਾ ਤੂੰ ਮੇਰੇ ਕੋਲੋਂ ਇੱਕ ਛੋਟੀ ਜੀ ਸੁਗਾਤ ਲੈ ਲੈ ਔਰਤ ਰੱਬ ਕੇ ਦੋ ਕਦਮ ਪਿੱਛੇ हट ਗਈ ਕਹਿਣ ਲੱਗੀ ਨਹੀਂ ਨਹੀਂ ਮੈਂ ਤੇਰੇ ਕੋਲੋਂ ਨਹੀਂ ਕੁਝ ਲੈ ਸਕਦੀ ਮੈਂ ਕਿਸੇ ਕੋਲੋਂ ਕੁਝ ਨਹੀਂ ਚਾਹੁੰਦੀ ਮੈਂ ਪਿਆਰ ਨਾਲ ਦੇ ਰਹੀ ਹਾਂ ਜ਼ਿੰਦਗੀ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਔਰਤ ਇੱਕ ਕਦਮ ਹੋਰ ਪਿੱਛੇ ਹੋ ਗਈ ਕਹਿਣ ਲੱਗੀ ਅਜੀਆਂ ਚੀਜ਼ਾਂ ਸਾਡੇ ਲੋਕਾਂ ਦੀਆਂ ਕੋਟੜੀਆਂ 'ਚ ਨਹੀਂ ਹੁੰਦੀਆਂ ਕੱਲ ਨੂੰ ਕੋਈ ਵੇਖ ਲਏਗਾ ਹੋਰ ਕਹਿ ਕੇ ਥਾਣੇ ਲੈ ਜਾਏਗਾ ਤਾਂ ਮੈਨੂੰ ਚੋਰ ਕਹਿ ਕੇ ਥਾਣੇ ਲੈ ਜਾਏਗਾ ਫਿਰ ਤੂੰ ਉੱਥੋਂ ਮੈਨੂੰ ਛਡਾਣ ਲਈ ਆਏਂਗੀ ਜ਼ਿੰਦਗੀ ਚੁੱਪ ਜੀ ਹੋ ਗਈ ਤਾਂ ਔਰਤ ਕਹਿਣ ਲੱਗੀ ਪਹਿਲੋਂ ਵੀ ਕੋਈ ਅਜਨਬੀ ਆਇਆ ਸੀ ਤੇਰੇ ਵਾਂਗ ਕਹਿਣ ਲੱਗਾ ਇਹ ਚਾਂਦੀ ਦੇ 4 ਸਿੱਕੇ ਲੈ ਕੇ ਘਰ ਚ ਛੁੱਲਾ ਬਾਲ ਫਿਰ ਮੇਰੇ ਨਾਲ ਚੱਲਨੀ ਸ਼ਹਿਰ ਚ ਮੈਂ ਤੇਰੇ ਬੱਚੇ ਨੂੰ ਜੇਲ੍ਹ ਚੋਂ ਛੁਡਾ ਦੇਵਾਂਗਾ ਫਿਰ ਕੀ ਹੋਇਆ ਜ਼ਿੰਦਗੀ ਨੇ ਪੁੱਛਿਆ ਤੋ ਉਸ ਔਰਤ ਨੂੰ ਰੋਣ ਆ ਗਿਆ ਸਿਸਕਦੀ ਜੀ ਕਹਿਣ ਲੱਗੀ ਤੂੰ ਔਰਤ ਏਸੇ ਲਈ ਇੰਨੀਆਂ ਗੱਲਾਂ ਕਰੀ ਕਰੀ ਗਈਆਂ ਤੇਰੀ ਥਾਂ ਕੋਈ ਮਰਦ ਹੁੰਦਾ ਮੈਂ ਦੂਰੋਂ ਦੌੜ ਜਾਂਦੀ ਉਦੋਂ ਕੀ ਹੋਇਆ ਸੀ ਜ਼ਿੰਦਗੀ ਨੇ ਅੱਗੇ ਹੋ ਕੇ ਔਰਤ ਦੇ ਮੋਢੇ ਉੱਤੇ ਆਪਣਾ ਹੱਥ ਰੱਖਿਆ ਔਰਤ ਰੋ ਪਈ ਮੈਂ ਉਹਦੇ ਨਾਲ ਗਈ ਸਾਂ ਆਪਣੇ ਬੱਚੇ ਨੂੰ ਛੁਡਾਣ ਲਈ ਤੇ ਰਾਹ ਵਿੱਚ ਰਾਹ ਵਿੱਚ ਉਹ ਘਰ ਉਤਰੋਂਦੀ ਰੋਂਦੀ ਇੰਜ ਤਿੱਖੇ ਪੈਰੀਂ ਤੁਰਨ ਲੱਗੀ ਕਿ ਹੁਣ ਕੋਈ ਹੋਰ ਗੱਲ ਨਾ ਉਹ ਕਹਿਣਾ ਚਾਹੁੰਦੀ ਸੀ ਨਾ ਸੁਣਨਾ ਚਾਹੁੰਦੀ ਸੀ ਅੰਗ ਤੀਸਰਾ ਕੁਝ ਅਵਾਰਾ ਜੇ ਧੂੜ ਦੇ ਕਿਨਕੇ ਜ਼ਿੰਦਗੀ ਦੇ ਪੱਲੇ ਨਾਲ ਉਲਝ ਗਏ ਸਨ ਕਿ ਹਵਾ ਆਪਣੇ ਹੱਥਾਂ ਨਾਲ ਉਹਦੇ ਪੱਲੇ ਨੂੰ ਝਾੜਦੀ ਪੁੱਛਣ ਲੱਗੀ ਕੀ ਸੋਚ ਰਹੀ ਹੈ ਜ਼ਿੰਦਗੀ ਹੌਲੀ ਜੀ ਕਹਿਣ ਲੱਗੀ ਯਕੀਨ ਨਹੀਂ ਹੁੰਦਾ ਕਿ ਦੁਨੀਆਂ 'ਚ ਔਰਤ ਦਾ ਇੱਕ ਪਹਿਲੂ ਇਹ ਵੀ ਹੈ ਜਿਨੇ ਮੇਰੇ ਮੇਰਾ ਨਾਂ ਤੱਕ ਨਹੀਂ ਸੁਣਿਆ ਹੋਇਆ ਹਵਾ ਹੌਲੀ ਜੀ ਮੁਸਕਰਾ ਪਈ ਇੱਕ ਤਰ੍ਹਾਂ ਚੰਗਾ ਹੀ ਸੁਣਿਆ ਹੁੰਦਾ ਤਾਂ ਤੇਰਾ ਨਾਂ ਉਹਦੀ ਕਲਪਨਾ 'ਚ ਵਸ ਜਾਂਦਾ ਫਿਰ ਜਦੋਂ ਕਲਪਨਾ ਟੁੱਟਦੀ ਤਾਂ ਉਹਦੇ ਕੰਕਰ ਰਾਵਾਂ 'ਚ ਵਿੱਚ ਜਾਂਦੇ ਤੇ ਉਹਨਾਂ ਰਾਹਾਂ ਤੇ ਟੁਰਨ ਵਾਲੇ ਪੈਰਾਂ ਦਾ ਕੀ ਹੁੰਦਾ ਜ਼ਿੰਦਗੀ ਚੁੱਪ ਸੀ ਹਵਾ ਹੌਲੀ ਜੀ ਕਹਿਣ ਲੱਗੀ ਕਲਪਨਾ ਦੇ ਕੰਕਰ ਹੂੰਝ ਦੇਣਾ ਤਾਂ ਵਕਤ ਦੇ ਵਸਤ ਨਹੀਂ ਹੁੰਦਾ ਇਹਨੇ ਨੂੰ ਦੂਰੋਂ ਕਿਤੋਂ ਗਾਉਣ ਵਜਾਣ ਦੀ ਆਵਾਜ਼ ਇਸ ਪਾਸੇ ਸਰਕਾਈ ਤਾਂ ਜ਼ਿੰਦਗੀ ਨੇ ਦੂਰ ਇੱਕ ਦਿਸ਼ਾ ਵੱਲ ਵੇਖਦਿਆਂ ਪੁੱਛਿਆ ਦੂਰ ਨੇੜੇ ਪਿੰਡ 'ਚ ਕੋਈ ਮੇਲਾ ਲੱਗਾ ਜਾਪਦਾ ਹੈ ਹਵਾ ਨੇ ਗੌਰ ਨਾਲ ਆਵਾਜ਼ ਨੂੰ ਸੁਣਿਆ ਤਾਂ ਆਪਣੀ ਛਾਤੀ ਉੱਤੇ ਆਪਣਾ ਹੱਥ ਇੰਜ ਰੱਖ ਲਿਆ ਜਿਵੇਂ ਉਹਨੂੰ ਸਾਹ ਲੈਣਾ ਕੁਝ ਔਖਾ ਹੋ ਗਿਆ ਹੋਵੇ ਕਹਿਣ ਲੱਗੀ ਉੱਥੇ ਚੱਲेंगे ਵੇਖੇਂਗੀ ਜ਼ਿੰਦਗੀ ਨੇ ਫਿਰ ਉਸ ਪਾਸੇ ਇਸ਼ਾਰਾ ਕੀਤਾ ਸੁਣ ਬੜੀਆਂ ਆਵਾਜ਼ਾਂ ਨੇ ਔਰਤਾਂ ਦੀਆਂ ਵੀ ਮਰਦਾਂ ਦੀਆਂ ਵੀ ਇੱਥੇ ਪਿੰਡਾਂ 'ਚ ਰਲ ਕੇ ਗਾਉਂਦੇ ਨੇ ਹਵਾ ਦੇ ਮੱਥੇ ਉੱਤੇ ਪਾਣੀ ਦੀਆਂ ਬੂੰਦਾਂ ਆ ਗਈਆਂ ਸਨ। ਪੋਟਿਆਂ ਨਾਲੋਂ ਨਾ ਬੂੰਦਾਂ ਨੂੰ ਛਿੜਕਦੀ ਆਖਣ ਲੱਗੀ, "ਹਾਂ, ਕਿਆਮਤ ਦੇ ਦਿਨ ਰਲ ਕੇ ਗਉਣਾ ਵਜਾਣਾ ਵੀ ਹੁੰਦਾ ਹੈ। ਕੀ ਪੀ ਕਹਨੀ ਹੈ?" ਜ਼ਿੰਦਗੀ ਨੇ ਪੁੱਛਿਆ, "ਤਾਂ ਹਵਾ ਨੇ ਜਵਾਬ ਨਹੀਂ ਦਿੱਤਾ। ਬਸ ਇੰਨਾ ਕਿ ਆ ਉੱਠ, ਉੱਥੇ ਹੀ ਚੱਲਦੀ ਆਂ।" ਉਹ ਕਸਬਾ ਬਹੁਤ ਕਰੀਬ ਆ ਗਿਆ ਤਾਂ ਜ਼ਿੰਦਗੀ ਨੇ ਵੇਖਿਆ ਇੱਕ ਜਵਾਨ ਔਰਤ ਸਿਰ ਤੋਂ ਪੈਰਾਂ ਤੱਕ ਸ਼ਿੰਗਾਰੀ ਹੋਈ। ਕੁਝ ਥਿੜਕਦੇ ਕਦਮਾਂ ਨਾਲ ਤੁਰ ਰਹੀ ਸੀ ਉਹਦੇ ਅੱਗੇ ਸੱਜੇ ਖੱਬੇ ਪਿੱਛੇ ਕਿੰਨੇ ਹੀ ਲੋਕ ਮੰਜ਼ੀਰੇ ਵਜਾਉਂਦੇ ਜ਼ੋਰ-ਜ਼ੋਰ ਦੀ ਗਾ ਰਹੇ ਸਨ ਤੇ ਵਿੱਚ ਵਿੱਚ ਕੁਝ ਫੁੱਲ ਉਸਔਰਤ ਦੇ ਸਿਰ ਤੇ ਸੁੱਟ ਰਹੇ ਸਨ ਕਿ ਸਾਰੇ ਲੋਕ ਕਿੱਥੇ ਜਾ ਰਹੇ ਨੇ ਜ਼ਿੰਦਗੀ ਨੇ ਉਸ ਇਕੱਲੇ ਤੇ ਉਜਾੜ 라ਵਲ ਵੇਖਦਿਆਂ ਪੁੱਛਿਆ ਤਾਂ ਹਵਾ ਇੱਕ ਡੂੰਗਾ ਸਾਹ ਭਰ ਕੇ ਕਹਿਣ ਲੱਗੀ ਥੋੜੀ ਦੂਰੀ ਸ਼ਮਸ਼ਾਨ ਹੈ ਉੱਥੇ ਜਾ ਰਹੇ ਨੇ ਕੀ ਜ਼ਿੰਦਗੀ ਕਦੇ ਉਹਨਾਂ ਵੱਲ ਵੇਖਦੀ ਕਦੇ ਹਵਾ ਵੱਲ ਹਵਾ ਦੀਆਂ ਅੱਖਾਂ ਭਾਰ ਆਈਆਂ ਕਹਿਣ ਲੱਗੀ ਇਸ ਦੇਸ਼ 'ਚ ਅਜਿਹੇ ਦਿਨ ਵੀ ਆਉਂਦੇ ਨੇ ਜਦੋਂ ਮਸਾਣਾ 'ਚ ਜਿਉਂਦੀਆਂ ਔਰਤਾਂ ਨੂੰ ਲਜਾਇਆ ਜਾਂਦਾ ਹੈ ਜ਼ਿੰਦਗੀ ਦੀ ਆਵਾਜ਼ ਕੰਬ ਗਈ ਪੁੱਛਣ ਲੱਗੀ ਫੇਰ ਉੱਥੇ ਹਵਾ ਨੇ ਟੁੱਟਦੀ ਜਿਹੀ ਆਵਾਜ਼ ਚ ਕਿਹਾ ਹਿੰਮਤ ਹੈ ਤਨ ਨਾਲ-ਨਾਲ ਚੱਲ ਚੱਲ ਕੇ ਵੇਖ ਲੈ ਬਹੁਤੀ ਦੂਰ ਨਹੀਂ ਉੱਥੇ ਪਹਿਲਾਂ ਇੱਕ ਮਰਦ ਦੀ ਚਿਖਾ ਬਲੇਗੀ ਉਹ ਪਿਛਲੀ ਰਾਤ ਮਰ ਗਿਆ ਸੀ ਇਹ ਉਹਦੀ ਪਤਨੀ ਚਿਖਾ 'ਚ ਬੈਠ ਕੇ ਆਪਣੇ ਪਤੀ ਦਾ ਸਿਰ ਝੋਲੀ 'ਚ ਰੱਖ ਲੈਗੀ ਤੇ ਫਿਰ ਚਿਖਾ ਜਲਾ ਦਿੱਤੀ ਜਾਏਗੀ ਤੇ ਔਰਤ ਜ਼ਿੰਦਗੀ ਨਹੀਂ ਰੁਕਦੇ ਸਾਹਾਂ ਨਾਲ ਪੁੱਛਿਆ ਤਾਂ ਹਵਾ ਕਹਿਣ ਲੱਗੀ ਇਹ ਚਿਖਾ ਚ ਜਲ ਜਾਏਗੀ ਇਸ ਗੱਲ ਨੂੰ ਸਤਿ ਹੋਣਾ ਆਖਦੇ ਨੇ ਜਿਉਂਦੀ ਜਲ ਜਾਏਗੀ ਜ਼ਿੰਦਗੀ ਦੀ ਆਵਾਜ਼ ਟੁੱਟ ਰਹੀ ਸੀ ਹਾਂ ਜਿਉਂਦੀ ਜਲ ਜਾਏਗੀ ਵੇਖ ਖੁਦ ਤੁਰਦੀ ਉੱਥੇ ਜਾ ਰਹੀ ਏ ਸੜਨ ਲਈ ਹਵਾ ਨੇ ਕਿਹਾ ਤਾਂ ਜ਼ਿੰਦਗੀ ਦੀ ਆਵਾਜ਼ ਇੱਕ ਚੀਕ ਭਰ ਗਈ ਕਹਿਣ ਲੱਗੀ ਮੈਂ ਨਹੀਂ ਮੰਨ ਸਕਦੀ ਕਿ ਕੋਈ ਇਨਸਾਨ ਖੁਦ ਜਾ ਕੇ ਅੱਗ ਦੀ ਚਿਖਾਜ ਬਹਿ ਸਕਦਾ ਹੈ ਹਵਾ ਨੇ ਇੱਕ ਵਾਰ ਡੂੰਗੀ ਨਜ਼ਰ-ਏ-ਜ਼ਿੰਦਗੀ ਵੱਲ ਵੇਖਿਆ ਫਿਰ ਕਹਿਣ ਲੱਗੀ ਤੂੰ ਇਨਸਾਨ ਦੀ ਗੱਲ ਕਰਦੀ ਹੈਂ ਦੋਸਤ ਪਰ ਔਰਤ ਇਨਸਾਨ ਨਹੀਂ ਹੁੰਦੀ ਤੋਗੀ ਹੁੰਦੀ ਹੈ ਜ਼ਿੰਦਗੀ ਨੇ ਤਲਖ ਹੋ ਕੇ ਪੁੱਛਿਆ ਤਾਂ ਹਵਾ ਕਹਿਣ ਲੱਗੀ ਔਰਤ ਹੁੰਦੀ ਹੈ ਬਸ ਔਰਤ ਜ਼ਿੰਦਗੀ ਬਹੁਤ دیر ਚੁੱਪ ਰਹੀ ਫਿਰ ਕਹਿਣ ਲੱਗੀ ਕੀ ਤੂੰ ਇਹ ਕਹਿਣਾ ਚਾਹੁੰਨੀ ਹੈ ਕਿ ਵਿਧਵਾ ਹੋਣ ਨਾਲ ਔਰਤ ਇਨਸਾਨ ਨਹੀਂ ਰਹਿੰਦੀ ਹਾਂ ਕੁਝ ਇਸੇ ਤਰ੍ਹਾਂ ਸਮਝ ਲੈ ਹਵਾ ਨੇ ਥੱਕੀ ਜਿਹੀ ਆਵਾਜ਼ ਚ ਕਿਹਾ ਜਦੋਂ ਵਿਧਵਾ ਨਹੀਂ ਹੁੰਦੀ ਉਦੋਂ ਹੀ ਉਦੋਂ ਵੀ ਇਨਸਾਨ ਤਾਂ ਨਹੀਂ ਹੁੰਦੀ ਪਰ ਕਦੇ ਰੋ ਸਕਦੀ ਏ ਚੀਕ ਸਕਦੀ ਏ ਪਰ ਜਦੋਂ ਵਿਧਵਾ ਹੋ ਜਾਏ ਤਾਂ ਚੀਕ ਵੀ ਨਹੀਂ ਸਕਦੀ ਜ਼ਿੰਦਗੀ ਨੇ ਫਿਰ ਗੌਰ ਨਾਲ ਉਸ ਪੀੜ ਵਿੱਚ ਤੁਰਦੀ ਔਰਤ ਨੂੰ ਵੇਖਿਆ ਉਹਦੇ ਕਦਮ ਤਾਂ ਬਹਿਕਦੇ ਜਾਏ ਦਿਸ ਰਹੇ ਸੀ ਪਰ ਉਹਦੀ ਕੋਈ ਚੀਕ ਸੁਣਾਈ ਨਹੀਂ ਸੀ ਦੇਰੀ ਕਹਿਣ ਲੱਗੀ ਉਹ ਕਿਵੇਂ ਚੁੱਪਚਾਪ ਤੁਰਦੀ ਜਾ ਰਹੀ ਏ ਕਿਤੇ ਕੋਈ ਚੀਖ ਨਹੀਂ ਕਿਤੇ ਦੌੜ ਜਾਣ ਲਈ ਪੈਰਾਂ 'ਚ ਹਰਕਤ ਨਹੀਂ ਕੁਝ ਵੀ ਤਾਂ ਨਹੀਂ ਹਵਾ ਨੇ ਹੌਲੀ ਜਿਹੀ ਗਿਆ ਘੜੀ ਪਹਿਲਾਂ ਸਭ ਕੁਝ ਸੀ ਉਹ ਚੀਖਦੀ ਰਹੀ ਸੀ ਹਵਾ 'ਚੋਂ ਨਿਕਲ-ਨਿਕਲ ਦੌੜਦੀ ਰਹੀ ਸੀ ਪਰ ਇਸ ਭੇਡ ਨੂੰ ਵੇਖ ਰਹੀ ਹੈ ਨਾ ਉਸੇ ਦੇ ਸਸਰਾਲੀਏ ਨੇ ਉਹੀ ਜੋ ਇੱਕ ਦਿਨ ਉਹਨੂੰ ਵਿਆਹ ਕੇ ਲਿਆਏ ਸੀ ਉਹਦੇ ਲਈ ਘਰ ਵੇੜਾ ਖੋਲ ਦਿੱਤਾ ਸੀ ਪਰ ਜਦੋਂ ਵਿਧਵਾ ਹੋਈ ਤਾਂ ਰੋਂਦੀ ਤੜਪਦੀ ਦੇ ਨੱਕ ਚ ਇਹਨਾ ਕਫੂਰ ਪਾ ਦਿੱਤਾ ਕਿ ਹੁਣ ਉਹਦੀ ਆਵਾਜ਼ ਕਿਸੇ ਨੂੰ ਸੁਣਦੀ ਸੁਣਾਈ ਨਹੀਂ ਦੇ ਸਕਦੀ। ਉਹਦੇ ਪੈਰਾਂ ਵਾਲ ਵੀ ਕਿਵੇਂ ਡਿੱਗਦੇ ਢਹਂਦੇ ਜੇ ਤੁਰਦੇ ਪਏ ਨੇ। ਉਹ ਹੋਸ਼ 'ਚ ਨਹੀਂ ਤੇ ਸਾਰੇ ਲੋਕ ਇਸੇ ਲਈ ਜ਼ੋਰ ਦੀ ਗਾ ਰਹੇ ਨੇ ਕਿ ਜੇ ਉਹਦੀਆਂ ਸਿਸਕੀਆਂ ਕੁਝ ਬਾਕੀ ਹੋਣ ਤਾਂ ਗੌਣ ਵਜਾਂ ਦੀ ਆਵਾਜ਼ 'ਚ ਡੁੱਬ ਜਾਣ। ਜ਼ਿੰਦਗੀ ਨੇ ਘੁੱਟ ਕੇ ਹਵਾ ਦਾ ਹੱਥ ਫੜ ਲਿਆ ਕਹਿਣ ਲੱਗੀ ਹੁਣ ਇਸ ਤੋਂ ਅੱਗੇ ਮੈਂ ਨਹੀਂ ਦੇਖ ਸਕਾਂਗੀ। ਚੱਲ ਇੱਥੋਂ ਕਿਤੇ ਵੀ ਚੱਲ ਪਰ ਮੈਨੂੰ ਇੱਥੋਂ ਕਿਤੇ ਲੈ ਜਾ। Tanuad, Cellda.